ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚੇ ਹਾਂ ਦੋਸਤੋ, ਵੀਰ ਸੇਵਕ ਦੇ ਕੋਲ, ਤਹਿਸੀਲ ਖੰਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਖਾਸ ਵਿਜ਼ਿਟ ਤੁਸੀਂ ਦੋਸਤੋ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਕਰਨੀ ਹੈਗੀ ਆ। ਜਿੱਦਾਂ ਕਿ ਵੀਰ ਗੁਰਸੇਵਕ ਦੇ ਘਰੋਂ ਪਹਿਲਾਂ ਵੀ ਆਪਾਂ ਕਾਫੀ ਮਾਲ ਜਿਹੜਾ ਤੁਹਾਨੂੰ ਦਿਖਾਉਂਦੇ ਰਹੀਦਾ ਦੋਸਤੋ। ਪਸ਼ੂ ਵਪਾਰ ਦਾ ਕੰਮ ਆ ਵੀਰ ਦਾ, ਪਸ਼ੂ ਇਸੇ ਤਰ੍ਹਾਂ ਦੋਸਤੋ ਡੇਲੀ ਰੂਟੀਨ ਦੇ ਵਿੱਚ ਇਸ ਘਰ ਆਉਂਦੇ ਆ। ਅੱਜ ਇਸ ਕਵਰੇਜ ਵਿੱਚ ਦੋਸਤੋ ਤਿੰਨ ਪਸ਼ੂ ਦਿਖਾਉਣੇ ਆ ਤੁਹਾਨੂੰ, ਇੱਕ ਬਿਲਕੁਲ ਬਲੈਕ ਰੰਗ ਦੀ ਵਹਿੜਾ, ਦੋ ਬਿਲਕੁਲ ਲਾਲ ਰੰਗ ਦੀਆਂ ਵਹਿੜਾਂ ਨੇ, ਠੀਕ ਆ ਜੀ, ਜਰਸੀ ਸ਼ਾਹੀਵਾਲ ਕਰੋਸ ਅੰਗ ਦੇ ਵਿੱਚ ਵਹਿੜਾਂ ਨੇ, ਇੱਕ ਤਾਜ਼ੀ ਸੂਈ ਆ, ਤਿੰਨ ਦੋ ਗੱਬਣ ਆ, ਠੀਕ ਆ ਜੀ। ਸੋ ਪੂਰੀ ਗੱਲਬਾਤ ਗੁਰਸੇਵਕ ਦੇ ਨਾਲ ਕਰ ਲਾਂਗੇ, ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ। ਉਸ ਤੋਂ ਬਾਅਦ ਜਿਹੜਾ ਕੋਈ ਖਰੀਦਦਾਰ ਵੀਰ ਘਰ ਆਉਂਦਾ ਦੋਸਤੋ, ਉਹਦਾ ਹੱਕ ਬਣਦਾ, ਦੋ ਟਾਈਮ ਚੋਲੋ ਪਸ਼ੂ ਸੋਇਆ ਸੋਇਆ, ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਚਾਹੁੰ ਦਾਨਾਂ ਦੀ ਕਰ ਲਿਓ, ਠੀਕ ਆ ਜੀ। ਹਰ ਵਾਰ ਆਪਣੀ ਇੱਕ ਰਿਕੁਐਸਟ ਹੁੰਦੀ ਆ ਸਾਰੇ ਭੈਣ ਭਰਾਵਾਂ ਅੱਗੇ, ਆਓ ਲੈਂਦੇ ਹਾਂ ਜਾਣਕਾਰੀ ਵੀਰ ਗੁਰਸੇਵਕ ਤੋਂ। ਅੱਜ ਦੋਸਤੋ 1 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ, ਸਮਾਂ ਕੋਈ ਮੋਰਨਿੰਗ ਦੇ 11:30 ਵਜੇ ਦਾ ਸਮਾਂ ਹੈਗਾ। ਆ ਜਾਓ ਜੀ। ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਤ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਠੀਕ ਠਾਕ ਜੀ? ਚੜ੍ਹਦੀ ਕਲਾ ਵੀ। ਹੋਰ ਗੁਰਸੇਵਕ, ਆਪਾਂ ਅੱਜ ਤੋਂ ਮੈਨੂੰ ਤਾਂ 5-6 ਦਿਨ ਪਹਿਲਾਂ ਵੀਡੀਓ ਪਾਈ ਸੀਗੀ। ਹਾਂਜੀ, ਹੋ ਗਿਆ ਮਾਲ ਸੇਲ? ਹਾਂਜੀ, ਉਹ ਵੇਖ ਗਿਆ ਜੀ, ਦੂਜੇ ਕੁ ਦਿਨ ਸਾਰੀਆਂ ਵੇਖ ਗਈਆਂ ਸੀ ਮੇਰਾ। ਅੱਛਾ ਜੀ, ਅਤੇ ਤੁਹਾਨੂੰ ਫੋਨ ਲਾਇਆ, ਤੁਸੀਂ ਥੋੜ੍ਹਾ ਬਿਜੀ ਕਿਤੇ ਗਏ ਸੀ ਪ੍ਰੋਗਰਾਮ 'ਚ। ਜੀ ਜੀ, ਚਲੋ ਕੋਈ ਗੱਲ। ਹਾਂਜੀ, ਅੱਜ ਆਪਣੇ ਕੋਲ 3 ਨਾਗ ਨੇ। ਹਾਂਜੀ, 3 ਆ ਜੀ, 1 ਸੂਈ ਆ 2 ਗੱਬਣ। ਹਾਂਜੀ, 1 ਸੂਈ ਆ 2 ਗੱਬਣ ਜੀ। ਠੀਕ ਹੈ ਭਰਾ, ਬੜਾ ਚੰਗੀਆਂ ਨੇ, ਹੈ ਨਾ, ਸਾਫ਼ ਸੁਥਰੀਆਂ ਨੇ। ਹਾਂਜੀ ਵੀਰ ਜੀ, ਆ ਜਿਓ ਇੱਕ ਵਾਰੀ ਮੋਟੇ ਤੌਰ 'ਤੇ ਆਪਾਂ ਦਿਖਾ ਦਈਏ ਸਾਰੇ ਪਾਸਿਓਂ ਭੈਣ ਭਰਾਵਾਂ ਨੂੰ। ਲਓ ਵੀ ਦੋਸਤੋ, ਇਹ 3 ਵੈੜਾਂ ਨੇ ਅੱਜ ਵਿਕਾਊ, ਠੀਕ ਆ। ਪਹਿਲੇ ਨੰਬਰ 'ਤੇ ਜਿੱਥੋਂ ਆਪਾਂ ਸਟਾਰਟ ਕਰਾਂਗੇ ਉਹ ਸੂਈ ਆ, ਲਓ ਵੀ ਜੀ, ਅੱਗੇ 2 ਗੱਬਣ ਆ, ਠੀਕ ਆ, ਥਾਣ ਵੇਖੋ, ਆ ਲਓ ਜੀ। ਅੱਛਾ ਗੁਰਸੇਵਕ ਵੀਰ, ਨਾਲ ਡਿਟੇਲ ਜ਼ਰੂਰ ਸਾਂਝੀ ਕਰ ਦਿਓ ਵੀ ਸੂਆ ਕਿੰਨਵਾਂ ਸੂਈ ਆ। ਇਹ ਵੀਰ ਜੀ ਨਾ ਦੂਜਾ ਸੂਆ ਦੱਸਿਆ ਆਪਾਂ ਨੂੰ, ਦੂਜੇ ਸੂਏ। ਹਾਂਜੀ, ਦਿਨ ਕਿੰਨੇ ਕੁ ਹੋ ਗਏ ਸੂਆ ਤੇ? ਮੰਨ ਲਓ ਵੀ ਉਹਦੇ ਆਪਾਂ ਨੂੰ ਕਹਿੰਦੇ 15 ਦਿਨਾਂ ਦਾ ਬੱਚਾ, ਵੇਖ ਲਈਏ 20 ਦਾ ਲਾ ਲਏ, ਕੋਈ 22 ਦਾ ਲਾ ਲਏ, ਕੋਈ ਵੀਰ ਆਪਦੀ ਸਮਝ ਨਾ ਵੇਖ ਕੇ ਭਲਕੇ ਕੋਈ ਵੀਰ ਲਾਮਾ ਨਾ ਦੇਵੇ। ਕਈ ਵੀਰ ਕਮੈਂਟਾਂ 'ਚ ਕਰੀ ਜਾਂਦੇ ਹੁੰਦੇ ਆ, ਪਰ ਘਰੋਂ ਨਿਕਲੀਏ ਤਾਂ ਪਤਾ ਫਿਰ ਹੀ ਲੱਗਦਾ ਹੁੰਦਾ ਬਾਹਰ, ਡੰਗਰ ਮਾਲ ਲੈਣ ਜਾਈਏ, ਕਮੈਂਟ ਕਰਨੇ ਤਾਂ ਮੈਂ ਵੀ ਥੱਲੇ ਕਰ ਦੂੰ, ਬੜੇ ਸੌਖੇ ਕਰਨੇ ਆ। ਹਾਂਜੀ, ਸਹੀ ਆ ਜੀ। ਅਤੇ 20 ਕੁ ਦਿਨਾਂ ਦਾ, 22 ਕੁ ਦਿਨਾਂ ਦਾ ਦੋਸਤੋ ਸੂਆ ਮੰਨ ਸਕਦੇ ਹੋ। ਆਹ ਮਗਰ ਮੇਲ ਕਾਫ ਵੱਛਾ, ਵੱਛੀ ਵੱਛੀ ਆ ਜੀ, ਸੋਰੀ ਦੋਸਤੋ, ਮਗਰ ਵੱਛੀ ਆ, ਫੀਮੇਲ ਕਾਫ ਵੱਛੀ ਆ ਮਗਰ, ਠੀਕ ਆ। 20-22 ਦਿਨਾਂ ਦਾ ਸੂਆ ਹੈ ਅਤੇ ਵੈੜ ਆਪ ਦੂਜੇ ਸੂਬੇ ਸੂਈ ਨਾ? ਹਾਂਜੀ, ਦੂਜੇ ਸੂਏ ਆ ਜੀ। ਅੱਛਾ ਗੁਰਸੇਵਕ, ਥਣ ਭਾਂਡਾ ਚੰਗਾ ਵਿਖਾਲਾ, ਸੋਹਣਾ, ਬਾਕੀ ਥਣ ਥੁਣ ਵੀ ਸੋਹਣੇ ਆ, ਅਤੇ ਕਿੰਨਾ ਕੁ ਦੁੱਧ ਜਿਹੜਾ ਆਪਾਂ ਚੋ ਰਹੇ ਹਾਂ? ਜਿਹੜਾ ਦੁੱਧ ਗਰੰਟੀ ਵਾਲਾ ਆਪਾਂ ਦੇ ਦੇਣਾ 13 ਲੀਟਰ ਠੰਡਾ ਕਰਕੇ ਦੁੱਧ, ਜਿਹੜਾ ਮੇਰਾ ਵਰਜੀ ਵੀਰ ਇੱਥੇ ਮਿਣ ਕੇ ਲੈ ਜੇ, 13 ਲੀਟਰ ਆ, 13 ਲੀਟਰ ਭਾਵੇਂ ਇਹਦਾ 16 ਦਾ ਕਰਾ ਲਓ, ਹਾਂਜੀ, ਜਿੰਨਾ ਮਰਜ਼ੀ ਕਰਾ ਲਓ, ਠੀਕ ਆ ਜੀ। ਅਤੇ ਜੇ ਥਣ ਦੇ ਵਿੱਚ ਕੋਈ ਨੁਕਸ ਹੋਵੇ, ਆਪਣੀ ਜ਼ਿੰਮੇਦਾਰੀ ਹੋਊਗੀ, ਘਾਟ ਵਾਧ ਹੋਵੇ, ਥਣ ਚਵਾਈ ਟਾਇਟ ਹੋਵੇ, ਤਾਂ ਵੀ ਆਪਾਂ ਜ਼ਿੰਮੇਦਾਰ ਹੋਵਾਂਗੇ, ਠੀਕ ਆ ਜੀ। ਜਵਾਈ ਹੋਣੇ ਵੀਰ ਜੀ, ਆਪਾਂ ਧਾਰਾਂ ਮਾਰ ਕੇ ਦਿਖਾਈ ਦੇਣੀਆਂ ਨਾਲ ਦੀ ਨਾਲ ਦੋਸਤੋ, ਧਾਰਾਂ ਮਾਰ ਕੇ ਵੀ ਤੁਹਾਨੂੰ ਦਿਖਾਵਾਂਗੇ, ਖੋਲ ਕੇ ਤੋਰ ਕੇ ਵੀ ਦਿਖਾਉਣੇ ਆ ਤੁਹਾਨੂੰ ਤਸੱਲੀ ਦੇ ਨਾਲ, ਕਿ ਸੀਲ ਠੰਡੀ ਵਹਿੜ ਆ, ਇਹ ਵੀ ਉਹ ਜੀ ਤੁਹਾਨੂੰ ਪਤਾ ਲਾਲ ਰੰਗ ਦੇ ਮਾਰਦਾ ਹੁੰਦਾ ਚੁੱਕ ਚੁੱਕ ਛਾਲਾਂ। ਬਿਲਕੁਲ ਜੀ, ਬਿਲਕੁਲ ਲਾਲ ਰੰਗ, ਗੂੜਾ ਜਿਹੜਾ ਦੋਸਤੋ, ਗੁੜ ਵਰਗਾ ਰੰਗ ਆ, ਠੰਡੀ ਤੀਰੀ ਆ, ਸੀਲ ਸਾਊਗਾ, ਬਿਨ ਵੰਗਿਓ ਬਿਨ ਰੱਸੀ ਤੋਂ ਕੋਈ ਵੀਰ ਚਵਾਈ ਕਰ ਸਕਦਾ, ਥਣ ਭਾਂਡਾ ਬਿਲਕੁਲ ਸਾਫ਼ ਸੁਥਰਾ, 13 ਕਿਲੋ ਦੁੱਧ ਹਾਜ਼ਰ ਆ। ਲਿਆਓ ਵੀ ਗੁਰਸੇਵਕ, ਖੋਲ ਕੇ ਤੁਰ ਗਏ ਨੂੰ। ਹਾਈਟ ਜਿਹੜੀ ਆ ਦੋਸਤੋ, ਹਾਈਟ ਮੀਡੀਅਮ ਜੀ ਹਾਈਟ ਆ। ਸੋ ਬਹੁਤੇ ਵੀਰ ਤੁਸੀਂ ਕਈ ਵਾਰ ਅੰਦਾਜ਼ਾ ਲਾ ਜਾਂਦੇ ਹੋ ਵੀ ਕਈ ਵਾਰ ਬਾਹਲਾ ਵੱਡਾ ਪਸ਼ੂ ਨਾ ਕਿਸੇ ਨੂੰ ਲੱਗਦਾ ਹੋਵੇ, ਜਾਂ ਛੋਟੀ ਦਰਮਿਆਨੀ ਹਾਈਟ ਨੇਗੀ, ਵਿੱਚ ਵਿਚਾਲਾ ਸਾਈਜ਼ ਆ, ਜਿੱਦਾਂ ਆਪਾਂ ਨੋਰਮਲ ਇੱਕ ਜਰਸੀ ਵਹਿੜਾ ਦੇਖਦੇ ਹਾਂ, ਠੀਕ ਆ ਜੀ, ਲੰਮੀਆਂ ਜਾਣ ਦਿਓ ਜੀ। ਠੀਕ ਆ ਜੀ, ਸੋ ਆਰਡਰ ਕੁਆਲਿਟੀ ਚੰਗੀ ਆ,
ਬਿਲਕੁਲ ਚਾਰ ਥਾਂ, ਚਾਰੇ ਥਾਂ ਸਪੇਸ ਜਿਹੜੀ ਆ ਘੱਟੋ ਘੱਟ ਵੀ ਚੱਪੇ ਚੱਪੇ ਤੇ ਸਪੇਸ ਆ ਜੀ। ਠੀਕ ਆ, ਠੀਕ ਆ। ਸੋ 13 ਕਿਲੋ ਜਿਹੜਾ ਅੱਜ ਬਿਲਕੁਲ ਦੁੱਧ ਖਾ ਜਾ ਰਿਹਾ। ਵੈਸੇ ਵਪਾਰ ਦਾ ਕੰਮ ਆ ਦੋਸਤੋ, ਕੋਈ 1 ਦਿਨ 2 ਦਿਨ 4 ਦਿਨ ਪਸ਼ੂ ਨੂੰ ਲਿਆਉਂਦੇ ਹੋਏ ਹੁੰਦੇ ਆ। ਠੀਕ ਆ ਜੀ। ਬਾਕੀ ਅੱਗੇ ਜਿਹੜਾ ਵੀਰ ਕੋਈ ਟਿਕਾ ਕੇ ਸੇਵਾ ਕਰ ਲੂਗਾ, ਦੁੱਧ ਹੋਰ ਵੀ ਵੱਧ ਸਕਦੀ ਆ। 16 ਲੀਟਰ ਦੱਸਿਆ ਆਪਾਂ ਨੂੰ ਦੁੱਧ ਦੇ ਥੱਲੇ, 15-16 ਲੀਟਰ ਦੱਸਿਆ ਆਪਾਂ ਕੇ ਵੀ ਇਹਨੂੰ 16 ਨਹੀਂ ਦੱਸਿਆ, 15 ਨਹੀਂ ਦੱਸਿਆ, 14 ਨਹੀਂ ਦੱਸਿਆ, 13 ਲੀਟਰ ਜਿਹੜਾ ਮਰਜ਼ੀ ਵੀਰ ਮਿਣ ਕੇ ਲੈ ਜੇ। ਠੀਕ ਆ ਜੀ। ਹਾਂਜੀ, ਉਹਨੇ ਧਾਰਾਂ ਬੱਚਾ ਲਾਈ ਮੜਾ ਥੱਲੇ। ਲਓ ਜੀ ਬੱਚਾ ਲਾ ਦਿਓ ਜੀ। ਸੋ ਚਬਾ ਪਸਮਾ ਵੀ ਜਿਹੜਾ ਦੋਸਤੋ ਤੁਹਾਨੂੰ ਦਿਖਾ ਦਿੰਦੇ ਆ ਯਾਰ, ਪਸਮਾ ਚ ਨੁਕਸ ਹੋਵੇ, ਕੋਈ ਥਣ ਚ ਨੁਕਸ ਹੋਵੇ, ਆਪਾਂ ਜ਼ਿੰਮੇਦਾਰ ਹਾਂ। ਬਿਲਕੁਲ ਜੀ, ਬਿਲਕੁਲ ਜੀ। ਜੇ ਇੱਡੀ ਵੈੜ ਨਾ ਥਣ ਵਾਲੀ ਵਿਕੀ ਤੇ ਵਿਕਣਾ ਕੀ ਹੈ। ਚਲੋ ਜੀ, ਉਹ ਤਾਂ ਹਰ ਇੱਕ ਦੀ ਵੀਰ ਗੁਰਸੇਵਕ ਦਾ ਸੋਚ ਆ। ਠੀਕ ਆ। ਬਾਕੀ ਜਿਹੜੇ ਵੀਰ ਨੇ ਚੀਜ਼ ਖਰੀਦਣੀ ਆ, ਉਹਨੇ ਆਪਦੀ ਨਰਕ ਪਰਖੇ ਤਿਆਣ ਕੇ ਕਰ ਹੀ ਲੈਣੀ ਆ ਵੀਰ ਜੀ। ਜਿਹਨਾਂ ਨੂੰ ਪਤਾ ਨਾ ਅਸਲਾਂ ਨਸਲਾਂ ਦਾ, ਉਹ ਅਗਲੇ ਮਿੰਟ 'ਚ ਵੇਖ ਲੈਂਦੇ ਆ। ਆ ਅਗਲੇ ਥਣਾਂ ਦਾ ਚਵਾ ਜਿਹੜਾ ਦੋਸਤੋ ਆ ਤੁਹਾਨੂੰ ਦਿਖਾ ਰਹੇ ਆਪਾਂ। ਬਾਕੀ ਆ ਮਗਲੇ ਥਣਾਂ ਦੀ ਚਵਾਈ ਜਿਹੜੀ ਦੋਸਤੋ ਤੁਹਾਨੂੰ ਦਿਖਾ ਦਿੰਦੇ। ਠੀਕ ਆ ਜੀ। ਪੂਰੀ ਚਵਾਈ ਨਹੀਂ ਆਪਾਂ ਕਰਾਉਂਦੇ ਹੈਗੇ, ਬਾਕੀ ਜਿਹੜੇ ਕੋਈ ਖਰੀਦਦਾਰ ਵੀਰ ਨੇ ਖਰੀਦਣੀ ਆ, ਆਪਦੀ ਪੂਰੀ ਚਵਾਈ ਕਰ ਲਿਓ, 2 ਟਾਈਮ ਕਰ ਲਿਓ, ਘੱਟੋ ਘੱਟ ਵੀ 2 ਟਾਈਮ ਚਵਾਈ ਕਰ ਲਿਆ ਕਰੋ ਜਿੱਥੋਂ ਵੀ ਆਪਾਂ ਵੀਡੀਓ ਬਣਾ ਰਹੇ ਹਾਂ। ਇੱਥੇ ਕੁਝ ਧਾਰਾਂ ਮਾਰ ਕੇ ਤਸੱਲੀ ਕਰਾ ਦਿੰਦੇ ਹਾਂ ਦੋਸਤੋ, ਕਿਉਂਕਿ 5-6 ਲੀਟਰ ਦੁੱਧ ਚੁੰਝਾ, ਥੋੜ੍ਹਾ ਹੋਰ ਲੈਂਥ ਜਿਹੜੀ ਜ਼ਿਆਦਾ ਵੱਧ ਜਾਂਦੀ ਹੈ ਵੀਡੀਓ ਦੀ। ਠੀਕ ਆ ਬਸ। ਠੀਕ ਆ ਜੀ। ਸੰਧੂ ਸਾਹਿਬ, ਚਵਾਈ 'ਚ ਮਾੜੀ ਹੋਵੇ ਗਾਂ ਮੁਕਤੀ ਦੇ ਦਾਂਗੇ ਆਪਾਂ। ਵਾਹ ਜੀ ਵਾਹ। ਥਾਂ 'ਚ ਚਵਾਈ ਤੇ। ਅੱਛਾ ਸੇਵਕ ਵੀਰ, ਕਿੰਨਾ ਮੁੱਲ ਕਰਦੇ ਆ? ਮੁੱਲ ਦੇ ਦਾ ਵੀਰ ਜੀ ਜਿੰਨਾ ਮਰਜ਼ੀ ਕਰਾਈ ਜਾਓ, 52,000 ਰੁਪਈਏ 'ਚ ਆਪਾਂ ਮਾਨ ਤਨ ਖੁੱਲ੍ਹਾ ਕਰ ਦਾਂਗੇ ਵੀਰ। 52 ਚੋਂ? ਹਾਂਜੀ। ਠੀਕ ਆ ਜੀ। ਖੁੱਲ੍ਹਾ ਖੁੱਲ੍ਹਾ ਮਤਲਬ ਖੁੱਲ੍ਹਾ ਹੀ ਹੋਜੂਗਾ? ਖੁੱਲ੍ਹਾ ਹੀ ਕਰ ਦਾਂਗੇ ਵੀਰ ਜੀ। ਲਓ ਜੀ, ਹਾਂਜੀ, 52,000 ਦੇ ਵਿੱਚੋਂ ਦੋਸਤੋ ਵੀਰਾਂ ਦਾ ਮਾਨ ਤਨ ਖੁੱਲ੍ਹਾ ਕਰ ਦਿਆਂਗੇ। ਬਾਕੀ ਆ ਵੀਰਾਂ ਨੂੰ ਥਾਂ ਵਿਖਾ ਦਿਓ, ਲਾਗੇ ਆਣਗੇ ਹੋਰ ਇਤਨੇ ਕੋਲ। ਪਦਮਾ ਵੇ ਗਾਂ ਦਾ ਬਾਬਾ। ਲਓ ਜੀ, ਓਕੇ ਜੀ, ਓਕੇ ਓਕੇ ਗੁਰਸੇਵਕ ਵੀਰ। ਅਗਲੀ ਆਪਣੇ ਕੋਲ ਗੱਬਣ ਆ ਗਈ ਆ। ਹਾਂਜੀ, ਇਹ ਗੱਬਣ ਆ। ਕਿੰਨਾ ਸੂਆ ਸੁਣਦੀ ਪਈ ਆ ਇਹ? ਵੀਰ ਜੀ ਤੱਜਾ ਸੂਆ ਪੱਕਾ, ਤੀਜਾ ਸੂਆ ਦੁੱਧ ਬਿਲਕੁਲ ਜਿਹੜਾ ਦੋਸਤੋ ਤੀਜਾ ਸੂਆ ਸੁਣਾ ਇਸ ਵੈੜ ਨੇ। ਹਾਂਜੀ, ਕੋਈ ਘਰ ਵਾਲਿਓ ਪਿੱਛੋਂ ਕੋਈ ਇਹਦੀ ਕੋਈ ਗਰੰਟੀ ਆਈ, ਕੋਈ ਤਸੱਲੀ ਆਈ ਹੋਵੇ? ਉਹਨਾਂ ਨੇ ਬਾਬਾ ਜੀ ਆਪਾਂ ਨੂੰ 20 ਲੀਟਰ ਦੱਸਿਆ ਦੁੱਧ, 20 ਲੀਟਰ ਦੁੱਧ ਗਰੰਟੀ ਵਾਲਾ। ਅੱਛਾ, ਘਰ ਵਾਲਿਆਂ ਨੇ। ਹਾਂ, ਤੇ ਆਪਾਂ ਚਲੋ 20 ਨਹੀਂ ਆਂਦੇ ਇਹਦਾ। ਹਾਂ, ਤੇ ਜਿਹੜੀ ਭਾਂਡਾ ਚੱਕੀ, ਚਲੋ 15-14 ਲੀਟਰ ਦਿੱਤੀ ਆ, ਬਹੁਤ ਜ਼ਿਆਦਾ, 15 ਲੀਟਰ ਵੀ ਦੁੱਧ ਬਹੁਤ ਆ। ਬਿਲਕੁਲ। ਤੇ ਸੂਆ ਤੀਜਾ ਹੈ ਜੀ? ਹਾਂਜੀ। ਦਿਨ ਕੱਢਦੀ ਆ 8-10? ਦਿਨ ਲੈ ਜੂ ਵੀਰ ਜੀ, ਸੰਧੂ ਸਾਹਿਬ ਲੈ ਜਾਣੇ 7-8 ਲੈ ਜਾਣੇ 10। ਠੀਕ ਆ ਜੀ, 8-7 ਦਿਨ 200 ਜਿਹੜੇ ਹਜੇ ਲੈ ਜੂਗੀ ਸਮਾਂ। ਠੀਕ ਆ। ਤੇ ਬਾਕੀ ਸਪੇਸ ਬਹੁਤ ਜ਼ਿਆਦਾ ਸੋਹਣੀ ਆ, ਕੋਈ 8-8, 9-9 ਇੰਚ ਦੇ ਥਾਂ ਆ, ਚਾਰੇ ਥਾਂ ਦੀ ਸਪੇਸ ਇੱਕ ਸਾਰ। ਸੋ ਖੋਲ੍ਹ ਕੇ ਤਸੱਲੀ ਨਾਲ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਹਾਂ। ਲਿਆਓ ਜੀ ਗੁਰਸੇਵਕ ਭਾਈ, ਕੱਢੋ ਬਾਰੇ ਨੂੰ ਇੱਧਰ।
ਠੀਕ ਹੈ ਜੀ। ਸੋ ਲੇਵਾ ਜਿਹੜਾ ਦੋਸਤੋ ਝੋਲੀ ਵਾਲਾ ਲੇਵਾ ਹੈ, ਬਾਕੀ 8-7 ਦਿਨਾਂ ਦੇ ਵਿੱਚ ਹੋਰ ਤਿਆਰੀ ਕਰ ਲਊਗੀ। ਜੇਕਰ ਇੰਨੇ ਦਿਨ ਲੈ ਗਈ, ਉਮੀਦ ਕਰ ਸਕਦੇ ਹਾਂ ਵੀ ਹੋਰ ਬਖਾਲਾ ਜਿਹੜਾ ਦੋਸਤੋ ਸਾਹਮਣੇ ਪੇਸ਼ ਹੋਊਗਾ। ਅਤੇ ਸੂਆ ਤੀਜਾ ਸੋਹਣਾ ਇਸ ਬੈਡ ਨੇ, ਬਿਲਕੁਲ ਰੈੱਡ ਕਲਰ ਦੇ ਵਿੱਚ ਆ, ਗੁੜ ਵਰਗਾ ਰੰਗ ਆ ਦੋਸਤੋ। ਦੋਵੇਂ ਬੈੜਾਂ ਸੀਗੀਆਂ ਬਿਲਕੁਲ ਲਾਲ ਰੰਗ ਦੇ ਵਿੱਚ। ਗੁਰਸੇਵ ਕੋ ਵੀਰ ਕਿੰਨੇ ਕੁ ਦੀ ਦੇ ਦੇਣੀ ਹੈ ਫਿਰ? ਤਾਂ ਮੁੱਲ ਤਾਂ ਜੇ ਇਹਦੇ ਵੀਰ ਆਪਾਂ ਵੇਖੀਏ ਭਾਵੇਂ ਜੋ ਮਰਜ਼ੀ ਕਰੀਏ 55 ਦੇ ਵਿੱਚ ਮਾਨ ਤਨ ਕਰ ਦਾਂਗੇ। 55 ਚੋਂ? ਹਾਂਜੀ, ਜੇ ਮੰਨ ਲਓ ਸੂਈ ਖੜਨੀ ਕਿ ਵੀਰ ਨੇ, ਹਾਂ ਹਾਂ, ਤੇ ਸੂਈ ਦਾ ਫਿਰ ਤੁਹਾਨੂੰ ਪਤਾ ਹੀ ਆ। ਲਓ ਜੀ, ਸੂਈ ਵੀ ਕੋਈ ਵੀਰ ਲੈ ਕੇ ਜਾ ਸਕਦਾ ਦੋਸਤੋ, ਠੀਕ ਆ। ਤੇ ਜੇਕਰ ਕੋਈ ਗੱਭਣ ਕੋਈ ਲੈ ਕੇ ਜਾ ਰਿਹਾ ਤਾਂ ਤੁਸੀਂ ਆਪਦੀ ਤਿਪ ਕੇ ਤਸੱਲੀ ਕਰ ਲਿਓ, ਠੀਕ ਆ। ਅੱਗੋਂ ਤਿਪ ਕੇ ਤਸੱਲੀ ਕਰਕੇ ਲੈ ਕੇ ਆਉਂਦੇ ਆ ਪਸ਼ੂ। ਹਾਂਜੀ, ਤੇ 55,000 ਕਰਤਾ ਜੀ? ਹਾਂਜੀ, 55,000 ਵਿੱਚੋਂ ਛੋਟ ਛੱਪਾ ਹੋ ਜਾਊਗਾ। ਅਗਲੀ ਵਹਿੜ ਆ ਗਈ ਆਪਣੇ ਕੋਲ, ਠੀਕ ਆ। ਬਾਕੀ ਆ 24 ਨਾਲ ਦੀ ਨਾਲ ਤੁਸੀਂ ਦੇਖ ਲਓ, ਪਹਿਲਾਂ ਜਿਹੜੀ ਪਹਿਲੇ ਨੰਬਰ 'ਤੇ ਵਹਿੜ ਦਿਖਾਈ ਸੀ, ਦੂਜਾ ਸੂਬਾ ਸੋਈ ਬਿਲਕੁਲ ਬਲੈਕ ਰੰਗ ਦੇ ਵਿੱਚ ਬੈਠ ਬਕਾਊ ਆ। ਹਾਂਜੀ ਸੰਧੂ ਸਾਹਿਬ, ਇੱਕ ਸੂਆ ਦੱਸ ਦਈਏ ਵੀ ਕਿਨਮਾ ਸੂਆ ਸੋਹਣੀ ਹੈ ਇਹ ਵੀਰ ਜੀ, ਤੇ ਜੇ ਸੂਏ ਬੈਠ ਸੋਹਣੀ ਹੈ ਬੱਚੂ ਨਹੀਂ ਮਾਨ ਨਾ ਕਹਿ ਗਏ ਭਾਵੇਂ ਇਹਨੂੰ ਦੂਜੇ ਵੇਚ ਲਓ। ਇਹ ਦੂਜੇ ਸੂਏ ਵੈੜ ਮੈਂ ਧੂੰਦੇ ਦਿੱਤੀ ਸੀ ਪਿੰਡ 'ਚ, ਪਿਛਲੇ ਸੂਏ ਮੇਰੇ ਕੋਲ ਗਈ ਜਿਹੜੀ ਆਪਾਂ ਪਿਛਲੀ ਵਾਰ ਵੈੜ ਨਹੀਂ ਪਾਈ ਡੱਬੀ ਕਾਲੀ ਸ਼ਾਹੀ ਵਾਲਾ, ਉਹ ਵੈੜ ਦਿੱਤੀ ਆ ਅਤੇ ਆਪਾਂ ਲਿਆਂਦੀ ਇਹਦੀ 14 ਲੀਟਰ ਦੀ ਆਪਣੀ ਗਰੰਟੀ ਆ। ਕੋਈ ਵੀਰ ਸਾਂਭਲੇ ਮਹੀਨਾ 'ਤੇ? ਅੱਛਾ, ਮਹੀਨਾ ਕੱਚੀ ਆ? ਮਹੀਨਾ ਕੱਚੀ ਆ, ਜੇ ਕੋਈ ਵੀਰ ਸਾਂਭਲੇ 14 ਲੀਟਰ ਦੀ ਆਪਣੀ ਗਰੰਟੀ ਆ, ਅੱਜ ਦਾ ਰੇਟ ਉਹ ਹੋਊਗਾ। ਬਾਕੀ ਤੁਹਾਨੂੰ ਪਤਾ ਵੀ ਜਿਹੜਾ, ਅੱਛਾ ਜੀ, ਹੁਣ ਸੂਆ ਦੂਜਾ ਸੋਹਣੀ ਆ? ਹਾਂਜੀ, ਦੂਜਾ ਤੀਜਾ ਸੂਆ ਸੋਹਣੀ ਪੱਕਾ, ਤੀਜਾ ਸੂਆ ਰੀਅਲ ਤੀਜਾ ਸੂਆ ਤੀਜਾ ਸੂਬਾ ਦੋਸਤੋ ਸੋਹਣੀ ਆ, ਠੀਕ ਆ ਜੀ। 13-14 ਲੀਟਰ ਦੀ ਜਿਹੜੀ ਆ ਪਿਛਲੇ ਸੂਬਿਆਂ ਦਾ ਰਿਕਾਰਡ ਗਰੰਟੀ ਆ ਵੀਰਾਂ ਦਾ। ਹਾਂਜੀ, ਮਹੀਨਾ ਕੁ ਸਾਂਭਣੀ ਪਊਗੀ? ਹਾਂਜੀ, 8 ਮਹੀਨੇ ਦੀ ਹੁਣ ਗੱਭਣ ਹੋ ਗਈ ਆ। ਹਾਂਜੀ ਹਾਂਜੀ, ਮਹੀਨਾ ਸਾਂਭਣੀ ਪਊ, ਮਹੀਨਾ ਬਿਲਕੁਲ ਕੱਚੀ ਆ। ਠੀਕ ਆ, 20 ਦਿਨਾਂ ਦੀ ਕਹਿ ਕੇ ਦੇ ਦਈਏ ਤੇ ਬਾਬਾ ਜੀ ਬਾਰੇ ਕੋਈ ਗਾਲਾਂ ਕੱਢੇ? ਕੋਈ ਉਹ ਜ਼ਿਆਦਾ ਦਿਨ ਤਾਂ ਨਹੀਂ ਕੱਚੀ ਹੁੰਦੀ, ਵੀ 2 ਤੋਂ 1.5 ਮਹੀਨੇ ਨਾਲ ਲੈ ਜੇ ਯਾਰ। ਮਹੀਨਾ ਬਾਬਾ ਜੀ ਲੈ ਜੇ, ਮਹੀਨੇ ਤੋਂ 10 ਦਿਨ ਉੱਤੇ ਲੈ ਜੇ, ਇੰਨਾ ਟਾਈਮ ਖੜੂ। ਜੇ 1.5 ਮਹੀਨਾ ਲੈ ਜੇ, ਆਪਾਂ ਜੋ ਖਰਚਾ ਦਊਗਾ ਵੀਰ ਨੂੰ ਆਪਾਂ ਦੇਵਾਂਗੇ। ਠੀਕ ਆ ਜੀ, ਅਗਲੇ ਦੇ ਘਰੇ 2-2 ਮਹੀਨੇ ਲੱਗ ਜਾਣਾ। ਦਿਖਾ ਦਈਏ ਵੀਰ ਸੇਬ ਖੋਲੋ ਇਹਨੂੰ। ਮਹੀਨਾ ਇੱਕ ਪੂਰਾ ਜਿਹੜਾ ਦੋਸਤੋ ਸਮਾਂ ਲੈਂਦੀ ਆ, 8 ਮਹੀਨਿਆਂ ਦੀ ਜਿਹੜੀ ਇਹ ਵੈੜ ਗੱਬਣਾ, ਠੀਕ ਆ। ਸਿੰਗੀ ਆ ਬਸ ਛੋਟੀ ਛੋਟੀ, ਠੀਕ ਆ। ਝੁੰਗੀ ਜਿਹੜੇ ਦੋਸਤੋ ਹੈਗੇ ਸਿੰਘੋਂ ਜਿਹੜੀ ਵੇਖ ਸਕਦੇ ਤੁਸੀਂ ਝੁੰਗੀ ਆ, ਠੀਕ ਆ। ਇੱਕ ਰੰਗ ਬਿਲਕੁਲ ਬਲੈਕ ਕਾਲੀ ਵੈੜ ਆ ਦੋਸਤੋ, ਗੋਂਦੇ ਵਰਗੀ ਬਾਬਾ। 14 ਲੀਟਰ ਦੀ ਗਰੰਟੀ ਆ ਆਪਣੀ, ਹੈਂ, 14 ਲੀਟਰ ਦੀ ਗਰੰਟੀ ਆ। ਅੱਛਾ ਅੱਛਾ, ਜਿਹੜਾ ਮਰਜ਼ੀ ਵੀਰ ਲੈ ਜੇ ਗਰੰਟੀ ਦੇ, ਪਰ ਇਹ ਆ ਵੀ ਮਹੀਨਾ ਮਹੀਨਾ ਇੱਕ 10 ਦਿਨ ਸਾਂਭਣੀ ਪੈਣੀ ਉੱਤੇ। ਅੱਛਾ ਗੁਰਸੇਵ, ਕਿਹੜੇ ਮੁੱਲ ਕਿੰਨਾ ਇਸ ਬੱਚੀ ਦਾ? ਮੁੱਲ ਵੀਰ ਜੀ ਜੋ ਮਰਜ਼ੀ ਕਰੀਏ, ਜਿਹੜਾ ਅੱਜ ਦਾ ਮੁੱਲ ਆ ਹਾਂ ਨਾ ਹੀ, ਇਹ 29,000 ਦੀ ਹਾਂ ਨਾ ਹੀ ਦੇਵਾਂਗੇ ਆਪਾਂ ਅੱਜ। ਅੱਜ ਤੇ ਜੇ ਮੰਨ ਲਓ ਸਾਂਭ ਗਏ ਫਿਰ ਵੀਰ ਜੀ ਆਪਣੇ ਚੈਨਲ ਦੇ ਵੇਚਾਂਗੇ, ਫਿਰ ਉਹਦਾ ਚਵਾ ਗਏ, ਤੁਹਾਨੂੰ ਪਤਾ ਹੀ ਯਾਰ ਵੀ ਅੱਜ ਮਹੀਨਾ ਕੱਚੀ ਦਾ ਸੌਦਾ। ਹਾਂਜੀ, 29,000 ਰੁਪਇਆ ਹਾਂ ਨਾ ਹੀ, ਨਾ ਹੀ ਜਿਹੜੀ ਆ ਬਸ ਜੀ। ਠੀਕ ਬਸ, ਛੋਟ ਛਾਪਾ ਹੋਊ ਤਾਂ ਸੌ ਲਓ ਜੀ, 29,000 ਦੇ ਵਿੱਚੋਂ ਛੋਟ ਛਾਪਾ ਹੋ ਜੂਗੀ, ਲੈਸ ਹੋ ਜੂਗਾ, ਮਾਨਤਨ ਹੋ ਜੂਗਾ, ਠੀਕ ਆ। ਅਤੇ ਵੈੜ ਚੰਗੀ ਆ ਦੋਸਤੋ, ਮਹੀਨਾ ਕੁ ਸਾਂਭਣ ਦੀ ਲੋੜ ਆ। ਥਣ ਥੁਣ ਬਿਲਕੁਲ ਇਕੱਲੇ ਇਕੱਲੇ ਨਖੇੜ ਦੇ ਵਿੱਚ 4 ਥਣ ਨੇ, ਕੋਈ 5ਵੀਂ ਫੋੜ ਨਹੀਂ, ਕੋਈ ਜਿਹੜਾ ਦੋਸਤੋ ਕੋਈ ਪੂੰਗ ਨਹੀਂ ਹੈਗਾ ਨਾਲ, ਬਿਲਕੁਲ 4 ਥਣ ਲੰਬਾਈ ਦੇ ਵਿੱਚ ਇੱਕੋ ਜੇ। ਅਤੇ ਲਾਏ ਬਿਲਕੁਲ ਪੈ ਜਾਊਗੀ 15-20 ਦਿਨਾਂ ਤੱਕ ਬਾਬਾ ਜੀ, ਤਰੀ ਜਾਣੀ ਆ। ਠੀਕ ਆ, ਗੁਰਸੇਵਕ ਨੰਬਰ ਬੋਲ ਦਈਏ ਆਪਾਂ, ਨੰਬਰ ਹੈਗਾ 97-13। ਹਾਂਜੀ, 55-8-75।
ਠੀਕ ਹੈ ਭਰਾ। ਸੋ ਦੋਸਤੋ, ਇਹ ਸਨ ਮੇਰੇ ਨਾਲ ਵੀਰ ਗੁਰਸੇਵਕ ਸਿੰਘ, ਪਿੰਡ ਸ਼੍ਰੀ ਗੋਇੰਦਵਾਲ ਸਾਹਿਬ, ਤਹਿਸੀਲ ਖੰਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ। ਤਿੰਨ ਪਸ਼ੂ ਦਿਖਾਉਣੇ ਸੀ ਆਪਾਂ ਤੁਹਾਨੂੰ ਅੱਜ ਇਸ ਘਰ ਦੇ ਵਿੱਚੋਂ, ਤਿੰਨੇ ਪਸ਼ੂ ਤੁਹਾਨੂੰ ਦਿਖਾਤੇ ਆ। ਵੜਾਂ ਦੋ ਵੱਡੀਆਂ ਜਿਹੜੀਆਂ ਦੋਸਤੋ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਨੇ, ਜ਼ਰੂਰ ਨਿਰਖ ਪਰਖ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ। ਮਿਲਦੇ ਹਾਂ ਦੋਸਤ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।